ਮੇਰੇ ਖੇਤ ਵਿੱਚ ਨਾ ਲੇਜ਼ਰ ਕੜਾਹ ਵੱਜ ਰਿਹਾ ਹਾਂ, ਅਤੇ ਆਹ ਸੁੱਖੇ ਬਾਈ ਦਾ ਲੇਜ਼ਰ ਕੜਾਹ ਹੈ, ਇਹ ਲੈ ਕੇ ਆਇਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕਿਉਂ ਖੇਤ ਵਿੱਚ ਮਾਰਿਆ ਜਾਂਦਾ ਨਾ, ਅਤੇ ਇਸ ਨਾਲ ਪਾਣੀ ਦਾ ਇੱਕ ਲੇਵਲ ਰਹਿੰਦਾ, ਜਦੋਂ ਪਾਣੀ ਇਕਸਾਰਦਾ ਖੇਤ ਦੇ ਵਿੱਚ ਐਨ ਪੂਰਾ ਲੇਵਲ ਨਾਲ ਪਾਣੀ ਰਹਿੰਦਾ, ਇਹ ਤਾਂ ਮਾਰਿਆ ਜਾਂਦਾ। ਇਸ 'ਤੇ ਮੈਂ ਪੂਰੀ ਨੌਲੇਜ ਦਊਂਗਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਦੂਜੇ ਪਿੰਡ ਤੋਂ ਬਾਈ ਖੜਾ ਹੈ ਸੁੱਖਾ। ਮਹਾਰਾਜ ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਖੇਤਾਂ ਦੇ ਵਿੱਚ ਲੇਜ਼ਰ ਕੜਾਹ ਮਾਰਨ ਲੱਗਾ ਹੈ ਸਾਡੇ ਇੱਧਰ, ਜਿਹੜਾ ਖੇਤ ਨੂੰ ਐਨ ਲੈਵਲ ਕਰ ਦਿੰਦਾ ਨਾ, ਉਹ ਮਾਰਨ ਲੱਗੇ ਖੇਤ ਦੇ ਵਿੱਚ ਇਸ ਬਾਈ ਦਾ ਲੇਜ਼ਰ ਕੜਾਹ। ਮੈਨੂੰ ਇੱਕ ਹੋਰ ਚੀਜ਼ ਪਤਾ ਲੱਗੀ ਆ, ਜਦੋਂ ਆਇਆ ਨਾ ਇਹ, ਮੈਂ ਕਿਹਾ ਮੈਂ ਲੇਜ਼ਰ ਕੜਾਹ ਦੀ ਵੀਡੀਓ ਬਣਾਉਣ ਤੋਂ ਬਾਅਦ ਥੋੜ੍ਹਾ ਜਿਹਾ ਦੱਸਣਾ ਵੀ ਕਿਸਾਨ ਭਰਾਵਾਂ ਨੂੰ ਕਿਉਂ ਬਣਾਉਣਾ ਚਾਹੀਦਾ ਖੇਤਾਂ ਦੇ ਵਿੱਚ। ਇਸ ਦੀ ਸਿਸਟਰ ਕਨੇਡਾ 'ਚ ਵੀਡੀਓ ਦੇਖਦੀ ਜਿਹੜਾ ਭਾਈ, ਕਹਿ ਆਪਣੀ ਸਿਸਟਰ ਨੂੰ ਕਿਆ ਕਹਿਣਾ? ਮੈਂ ਆਪਣੀ ਭੈਣ ਨੂੰ ਇਹੀ ਕਹਿਣਾ ਚਾਹੁੰਦਾ ਵੀ ਅੱਜ ਦੇਖ ਲਵੇ ਬਾਈ, ਮੈਨੂੰ ਰੋਜ਼ ਉਹਦੇ ਮੈਸੇਜਾਂ ਨਾਲ ਫੋਨ ਭਰਿਆ ਰਹਿੰਦਾ ਹੈ ਵੀ ਘਰਾਂ ਜਾ ਕੇ ਗੱਲ ਕਰਾਈ, ਸਾਨੂੰ ਹੋ ਜਾਂਦਾ ਹਨੇਰਾ, ਉਹਦੇ ਘੱਟੋ ਘੱਟ ਵੀ ਰੋਜ਼ 4-5 ਮੈਸੇਜ ਆ ਜਾਂਦੇ ਆ। ਅੱਛਾ ਵੀ ਵੀਡੀਓ ਬਈ ਘਰਾਂ ਜਾ ਕੇ ਰੋਜ਼ ਵੀ ਮੇਰੀ ਮੰਮੀ ਨਾਲ ਗੱਲ ਕਰਾਈ, ਪਰ ਮੇਰੇ ਤਾਂ ਪਹੁੰਚ ਨਹੀਂ ਹੁੰਦਾ, ਮੈਂ ਹੁਣ ਕਹਿ ਉਹਨੂੰ ਵੀ ਫੋਨ ਕਰਕੇ ਕਹਿ ਦੇਣਾ ਵੀ ਦੇਖ ਲਾ ਬਾਈ, ਇੱਕ ਨਾ ਸਾਰੀ ਦਿਹਾੜੀ ਲੰਘ ਜਾਂਦੀ ਆ ਬਾਈ। ਸਾਰਾ ਦਿਨ ਹੁਣ, ਅੱਜ ਮੇਰੇ ਕੋਲ ਕਿੰਨੇ ਦਿਨ ਪਹਿਲਾਂ, ਅੱਜ ਹਫ਼ਤੇ, 5 ਹਫ਼ਤੇ ਹੀ ਹੋ ਗਿਆ ਮੰਨ ਕੇ ਚੱਲ, ਹਫ਼ਤੇ ਬਾਅਦ ਮੇਰਾ ਨੰਬਰ ਲੱਗਿਆ, ਉਹ ਵੀ ਅੱਜ ਫਿਰ ਗਾਲਾਂ ਗੁਲਾਂ ਕੱਢ ਕੇ ਤਾਂ ਕਦੇ, ਜਾਂ ਗਾਲਾਂ ਵੀ ਕੱਢ ਮਿਹਨਤ ਹੀ ਕਰੀਆਂ, ਮੈਂ ਤਾਂ ਰਿਕੁਐਸਟ ਹੀ ਕਰ ਸਕਦਾ। ਮੈਂ ਤਾਂ ਉਹ ਵੀ ਹੁਣ ਮੌਜਲੀਪੁਰ ਤੇ ਕਿੰਨੀ ਦੂਰ ਤੇ ਸਪੈਸ਼ਲ ਤੇ ਉਰੇ ਆਏ ਆ ਵੀ ਉਹ ਮੌਜਲੀਪੁਰ ਜਿਹੜਾ ਹੋਰ, ਮੈਂ ਤਾਂ ਹੀ ਫੋਨ ਕਰਕੇ ਬੁਲਾਇਆ ਉਹ ਜਿਹੜਾ ਹਾਂ ਮੌਜਲੀਪੁਰ 2 ਕਿਲੋਮੀਟਰ ਪਰ ਵੀਰੇ ਆਏ ਤਾਂ ਹੁਣ ਤੇਰੇ ਕਰਕੇ ਸਪੈਸ਼ਲ ਆਏ ਆ ਯਾਰ, ਸਪੈਸ਼ਲ ਆਇਆ। ਹਾਂ ਤਾਂ ਅਸੀਂ ਇੱਕ ਦਿਨ ਨਿੰਮੇ ਨੂੰ ਮਿਲਣ ਆਏ ਵੇ ਤੇ, ਹਾਂ ਨਿੰਮੇ ਦੇ ਦਿਲਾ ਘਰ ਮੂਰੇ, ਅਸੀਂ ਕਿੰਨੇ ਦਿਨ ਲਾਈਨ ਕਿੱਡੀ ਬੜੀ ਲੱਗੀ ਵੀ ਤੇ ਸਾਰਾ ਦੁਪਹਿਰਾ ਖੜੇ ਰਹੇ ਲਾਈਨ 'ਚ ਯਾਰ। ਅੱਛਾ ਨਿੰਮੇ ਦੇ ਭਾਈ, ਨਿੰਮਰ ਦੇ ਕੋਈ ਬਾਹਰ ਨਿੰਮੇ ਦੇ ਫੈਨ ਆ ਨਾ ਅਸੀਂ ਵੀਰੇ, ਕਿਹੜੀ ਜਗ੍ਹਾ ਤੋਂ ਆਏ ਤੇ ਬੰਦੇ ਮਿਲਣ? ਉਹ ਮੱਛੀ ਵਾੜੇ ਤੇ ਅੱਗੇ ਦੇ ਤੇ ਯਾਰ। ਅੱਛਾ ਮਛੂਵੜ ਦੇ ਅੱਗੇ ਤੇ ਨਿੰਮੇ ਦੇ ਕੋਈ ਆਏ ਵੇ ਤੇ, ਹਾਂ ਵਾਹ ਤੇ ਵੀ ਨਿੰਮੇ ਜ਼ਰੂਰ ਮਿਲਣਾ ਹੈ। ਫਿਰ ਆਏ ਥੋੜੀ ਇੱਥੇ, ਮੈਂ ਥੋੜੀ ਹਵਾ ਚੱਲਦੀ ਕਿ ਹਵਾ ਦੇ ਵਿੱਚ ਨਾ ਫਰਫੜਦੀ। ਹਾਂ ਬਾਈ ਇੱਧਰ ਆ ਖੇਤ ਆ, ਉਹ ਸਾਹਮਣੇ ਆ ਗਿਆ ਬਾਈ ਕੜਾਹ, ਆਇਆ ਇੱਧਰ ਆ, ਤੂੰ ਇੱਧਰ ਪਿੱਛੇ ਰਹਿ, ਆ ਸਾਡਾ ਸ਼ਿਕਾਰੀ ਵੀ ਨਾਲੇ ਆਇਆ ਹੋਇਆ, ਉਹ ਤੂੰ ਇੱਥੇ ਖੇਤਾਂ 'ਚ ਨਾ ਘੁੰਮਣਾ, ਇੱਧਰ ਆ ਤੂੰ, ਇੱਧਰ ਆ ਮੇਰੇ ਕੋਲ ਆਇਆ, ਤੂੰ ਇੱਧਰ ਆਇਆ, ਆ ਸਾਹਮਣੇ ਆ ਗਿਆ ਲੇਜ਼ਰ ਕੜਾਹ ਆ ਗਿਆ ਜੀ। ਆਹ ਇਹਦੀ ਨਾ ਜਿਹੜੀ ਆ ਦੇਖੋ ਸਾਹਮਣੇ ਜਿਹੜਾ ਆਹ ਨਾ, ਇਹਦੀ ਸੈਟਿੰਗ ਇਹਦੇ ਨਾਲ ਹੁੰਦੀ ਆ, ਇਹਦੇ ਨਾਲ ਸਾਰਾ ਉੱਪਰ ਥੱਲੇ ਕੜਾਹ ਹੁੰਦਾ ਇਹ। ਸਾਹਮਣੇ ਸੁੱਖਾ ਜੀ ਬੈਠ ਗਏ ਨੇ, ਅਤੇ ਸੁੱਖਾ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਹ ਲੇਜ਼ਰ ਕੜਾਹ ਮਾਰਦਿਆਂ ਨੂੰ? 4-5 ਚਾਰ ਗੁਜ਼ਾਰਾ ਚੱਲੀ ਜਾਂਦਾ, 4 ਪੈਸੇ ਬਣੀ ਜਾਂਦੇ ਆ। ਠੀਕ 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 ਹੈ। ਤੇਲ ਕਿੰਨਾ ਕੁ ਪੀ ਜਾਂਦਾ ਕਿੱਲੇ ਵਿੱਚ ਇਹ? ਕਾਲੇ ਦੇ ਖੇਤ ਆ, ਕਾਲੇ ਨੇ ਸਾਰੇ ਚ ਲੇਜ਼ਰ ਕੜਾਹ ਮਾਰ ਕੇ ਤੇ ਰੇਹ ਪਾ ਤਾ ਖੇਤ ਦੇ ਵਿੱਚ, ਆ ਦੇਖੋ ਇੱਕ ਸਾਰ ਦੇ ਖੇਤ ਆ, ਹੁਣ ਇਹ ਪਾਣੀ ਛੱਡੂਗਾ ਇਹਦੇ ਵਿੱਚ ਜਦੋਂ ਜੀਰੀ ਲਾਉਂਗੇ। ਉਹ ਸਾਹਮਣੇ ਖੇਤ ਵਾਲਿਆਂ ਨੇ ਲੇਜ਼ਰ ਕੜਾਹ ਮਾਰ ਕੇ ਪਾਣੀ ਛੱਡਤਾ, ਕਿ ਜਦੋਂ ਆਪਾਂ ਰੇਹ ਪਾਉਂਦੇ ਰੇਹ ਤੋਂ ਬਾਅਦ ਪਾਣੀ ਛੱਡਣਾ ਪਾਉਂਦਾ, ਤਾਂ ਜਾ ਕੇ ਕਿਤੇ ਰੇਹ ਇਸ ਦੇ ਵਿੱਚ ਰਲਦਾ, ਜੋ ਗੋਬਰ ਕਹਿੰਦੇ ਆਪਾਂ ਗੋਬਰ ਪਾਇਆ ਹੋਇਆ। ਉਹ ਦੇਖੋ ਵਿੱਚ ਨਾ ਆਪੇ ਉਹ ਮਿੱਟੀ ਇਕੱਠੀ ਕਰੀ ਜਾਂਦਾ, ਅਤੇ ਆਪੇ ਜਿੱਥੇ ਨੀ ਉੱਚਾ ਨੀਵਾਂ ਖੇਤ ਆ ਉੱਥੇ ਛੱਡੀ ਜਾਂਦਾ ਮਿੱਟੀ, ਇਹਦੇ ਵਿੱਚ ਉਸਦੇ ਵਿੱਚ ਮਿੱਟੀ ਇਕੱਠੀ ਹੋ ਜਾਂਦੀ, ਅਤੇ ਉੱਚਾ ਨੀਵਾਂ ਜਿੱਥੇ ਖੇਤ ਹੁੰਦਾ ਆਪੇ ਛੱਡੀ ਜਾਂਦਾ। ਸੁੱਖੇ ਕਿੱਦਾਂ ਲੰਘ ਗਿਆ ਸੀ? ਦੇਖੋ ਇਹ ਵੀ ਕੰਮ ਆਹ ਸੀਜ਼ਨ ਹੁੰਦਾ ਮੇਰੇ ਖਿਆਲ ਸੁੱਕੇ, ਹੈ ਨਾ? ਹਾਂਜੀ। ਬਸ ਇਹਦੇ ਵਿੱਚ ਤੂੰ ਨੱਠ ਭੱਜ ਤੈਨੂੰ ਹੁਣ ਲੱਗੀ ਵੀ ਹੋਣੀ ਆ, ਕਦੇ ਇੱਧਰ ਦੇ ਫੋਨ, ਕਦੇ ਉੱਧਰ ਦੇ ਫੋਨ, ਕਿਸੇ ਦੇ ਪੈਸੇ ਲੈਣੇ ਆ, ਗਾਹਾਂ ਵੀ ਹੁਣ ਜਾਣਾ, ਇਹ ਤੇ ਬਾਅਦ ਮੈਂ ਲੱਗਣਾ ਹੁਣ ਚਲਾਉਣ ਹੁਣ, ਇਹਦੇ ਸਾਰਾ ਦਿਨ ਹੋ ਗਿਆ ਚਲਾਉਂਦੇ ਨੂੰ। ਅੱਛਾ ਮੰਡਲ ਹੋਇਆ ਤਾਂ ਛੁੱਟੀ ਕਰਨੀ, ਇਹਨੇ ਵੀਰ ਨੇ ਹੁਣ ਘਰ ਨੂੰ ਜਾਣਾ, ਭਾਈ ਉਹ ਮੇਰਾ ਇਹ ਵੀ। ਅੱਛਾ ਅੱਛਾ ਚਾਚੇ ਤਾਏ ਵਿੱਚੋਂ? ਹਾਂ ਨਹੀਂ ਤਾਏ ਦਾ ਮੁੰਡਾ ਹੀ ਨਹੀਂ ਹੁਣ ਘਰ ਨੂੰ ਜਾਣਾ, ਘਰ ਨੂੰ ਜਾਣਾ, ਅਤੇ ਹੁਣ ਤਾਂ ਮੈਂ ਲੱਗੂੰਗਾ 10-11 ਵਜੇ, ਜਦ ਤੱਕ ਚੱਲੂੰਗਾ ਮੈਂ ਚਲਾਉਂਗਾ ਯਾਰ, ਠੀਕ ਹੈ ਨਾ? ਆਹੀ ਟਾਈਮ ਹੁੰਦਾ, ਟਾਈਮ ਹੁੰਦਾ ਬਾਈ। ਚਲੋ ਹੋਰ ਕਈ ਨੇ ਹੁਣ ਘਰ ਨੂੰ ਜਾਣਾ, ਇਹਨੇ ਤੂੜੀ ਟਰਾਲੀ ਵਧਾ ਰੱਖਿਆ ਹੋਣੀ ਰੋਪੜ ਇੱਕ। ਅੱਛਾ ਇਹਨੂੰ ਵੀ ਕੰਮ ਆ, ਹੁਣ ਫਿਰ ਐਂ ਬਦਲ ਬਦਲ ਕੇ ਚਲਾ ਹੁੰਦਾ, ਇੱਕ ਬੰਦੇ ਦਾ ਸਾਰੀ ਦਿਹਾੜੀ ਚੱਲਦਾ ਵੀ ਨਹੀਂ ਹੈਗਾ, ਥੱਕ ਜਾਂਦੇ ਪਹਿਲਾਂ ਮੈਂ ਇਕੱਲਾ ਚਲਾਈ ਜਾਂਦਾ, ਥੱਕ ਜਾਂਦਾ ਬਾਈ ਮੈਨੂੰ ਪਤਾ। ਅਤੇ ਮੈਨੂੰ ਚੱਲ ਸੁੱਕੇ, ਮੈਨੂੰ ਤਾਂ ਹਾਲੇ ਪਤਾ, ਤੂੰ ਇਹਦੇ ਬਾਰੇ ਕੋਈ ਨੌਲੇਜ ਦੱਸ ਵੀ, ਇਹ ਕਿਉਂ ਮਰਾਉਣਾ ਚਾਹੀਦਾ ਖੇਤਾਂ ਦੇ ਵਿੱਚ, ਵੀ ਲੇਜ਼ਰ ਕੜਾਹ ਕਿਉਂ ਮਰਾਉਣਾ ਚਾਹੀਦਾ ਖੇਤਾਂ ਦੇ ਵਿੱਚ ਕਿਸਾਨ ਭਰਾਵਾਂ ਨੂੰ?
ਪਾਣੀ ਦੀ ਬੱਚਤ ਹੋ ਜਾਂਦੀ ਹੈ ਵੀਰੇ ਇਹਦੇ ਨਾਲ। ਅੱਛਾ ਹਾਂ, ਘੱਟ ਟਾਈਮ 'ਚ ਪਾਣੀ ਬਰਾਬਰ ਖੜਦਾ ਹੈ ਨਾ ਸਾਰੇ ਖੇਤਾਂ। ਤੁਸੀਂ ਦੇਖ ਲਓ ਹੁਣ ਤੁਹਾਡੇ ਫੇਰੇ ਆਇਆ ਕਰਾ, ਪਿਛਲੇ ਸਾਲ ਵੀ ਤੁਹਾਡੇ ਫੇਰੇ ਆਈ ਤਾਂ ਅਸੀਂ ਪਰਲੇ ਖੇਤਾਂ 'ਚ ਫੇਰਿਆ ਤਾਂ ਪਰਲੇ ਉਹ ਮੋਟਰ ਵਾਲਿਆਂ 'ਚ। ਹਾਂ, ਮੋਟਰ ਵਾਲੇ ਉੱਧਰ ਫੇਰਿਆ ਸੀ। ਹਾਂ, ਤਕਰੀਬਨ ਹਰ ਸਾਲ ਜੇ ਇੱਕ ਸਾਲ ਛੱਡ ਕੇ ਬੰਦਿਆਂ ਨੂੰ ਆਪਣੇ ਖੇਤ ਦੇ ਵਿੱਚ ਲੇਜ਼ਰ ਕਰਾ ਮਰਾਉਣਾ ਚਾਹੀਦਾ। ਇਸ ਦੇ ਨਾਲ ਜੋ ਪਾਣੀ ਦਾ ਲੈਵਲ ਇੱਕ ਸਾਰਦਾ ਖੜਦਾ, ਉੱਚਾ ਨਹੀਂ ਮੈਨੂੰ ਖੜਦਾ, ਪਾਣੀ ਦੀ ਬੱਚਤ ਬਹੁਤ ਹੁੰਦੀ ਹੈ। ਪਾਣੀ ਐਨ ਜਿੱਦਾਂ ਤੁਸੀਂ ਚਾਰ ਉਂਗਲ ਜਾਂ ਪੰਜ ਉਂਗਲ ਇੱਕ ਸਾਰ ਦਾ ਪਾਣੀ ਖੜਦਾ। ਜੇ ਕਈ ਜਗ੍ਹਾ ਧਰਤੀ ਉੱਚੀ ਨਹੀਂ ਵੀ ਹੁੰਦੀ ਹੈ, ਆਪਣੀ ਜੋ ਬਹੁਤ ਆਪਾਂ ਇਸ ਦੇ ਵਿੱਚ ਲਾਉਂਦੇ ਹਾਂ ਉਹ ਵਿੱਚ ਪਾਣੀ ਵਿੱਚ ਡੁੱਬ ਜਾਂਦੇ ਆ। ਇਸ ਦੇ ਨਾਲ ਜੇ ਆਪਾਂ ਲੇਜ਼ਰ ਕਰਾ ਮਰਾਉਂਦੇ ਹਾਂ ਤਾਂ ਇੱਕ ਲੈਵਲ ਦਾ ਖੇਤ ਹੋ ਜਾਂਦਾ। ਹੁਣ ਦੇਖ ਲਓ ਕਰਾਹ ਚੱਲਦਾ, ਦੇਖ ਲਓ ਜਿੱਦਾਂ ਲੇਵਲ ਐਨ ਇੱਕ ਜਗ੍ਹਾ ਬੰਨਿਆ ਪਿਆ ਚੱਲਦਾ ਪੂਰਾ ਐਨ। ਹਾਂ ਹਾਂ ਹਾਂ, ਬਰਾਬਰ ਚੱਲੂਗਾ ਸਾਰੇ ਪਾਸੇ। ਦੇਖ ਲਓ ਐਂ ਨਹੀਂ ਹੈਗਾ ਵੀ ਉੱਪਰ ਥੱਲੇ ਚੱਲੂਗਾ, ਐਂ ਦੇਖੂਗਾ। ਜਾਂ ਤੁਸੀਂ ਇਹਨੂੰ ਪਾਣੀ ਛੱਡਣਾ ਖੇਤ ਨੂੰ, ਬਾਅਦ 'ਚ ਬਰਾਬਰ ਖੜੂਗਾ ਪਾਣੀ ਐਨ। ਉਦੋਂ ਮੈਂ ਬਾਅਦ 'ਚ ਪਾਣੀ ਛੱਡ ਕੇ ਦੇਖੂੰਗਾ ਨਾ ਫਿਰ। ਕੁਛ ਬਾਜ ਦੀ ਵੀ ਸ਼ਾਇਦ ਪ੍ਰੋਬਲਮ, ਜਦੋਂ ਟਰੈਕਟਰ ਨੇੜੇ ਆਉਂਦਾ ਨਾ ਉਹ ਫਿਰ ਟਰੈਕਟਰ ਦੀ ਆਵਾਜ਼ ਖਿੱਚਦਾ, ਤਾਂ ਸਾਨੂੰ ਮਾਫ਼ ਕਰੋ। ਸ਼ਾਇਦ ਅੱਜ ਹਵਾ ਚੱਲਦੀ, ਵਿੰਡ ਚੱਲਦੀ, ਉਸ ਨਾਲ ਵੀ ਸ਼ਾਇਦ ਮੈਕਵਰ ਵੱਜਦੀ ਹੋਵੇ ਹਵਾ, ਨਾਲੇ ਮਿੱਟੀ ਉੜੀ ਜਾਂਦੀ ਹੈ ਬਹੁਤ ਤਾਂ ਯਾਰ ਹਵਾ ਚੱਲਦੀ ਆ। ਚਲੋ, ਬੁਰਾ ਹਾਲ ਹੋਇਆ ਰਹਿੰਦਾ। ਸੁੱਖਾ ਭੌਲ ਤੋਂ ਆ ਬਾਈ ਮੇਰਾ, ਤੇ ਅਸੀਂ ਰੇਡ ਦੀ ਗੱਲ ਵੀ ਅਸੀਂ ਤੁਹਾਡੇ ਵੀਰੇ, ਅਸੀਂ ਫੈਨ ਵੀ ਆ। ਹਾਂ, ਨਿੰਮੇ ਦੇ ਵੀ ਫੈਨ ਆ ਯਾਰ। ਨਹੀਂ ਯਾਰ, ਫੈਨ ਫੋਨ ਆ, ਤੁਸੀਂ ਦੋਸਤ ਹੈ, ਕਹਦੇ ਕੋ ਭਾਈ ਹੋ, ਕਹਦੇ ਵੱਡਾ ਛੋਟਾ ਉਹੀ ਬਹੁਤ ਆ, ਲੋਕਾਂ ਦਾ ਪਿਆਰ ਬਹੁਤ ਮਿਲਦਾ। ਤੇ ਮੈਂ ਕਹਿੰਦਾ ਵੀ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ, ਹੱਥ ਬੰਨ ਕੇ ਬੇਨਤੀ ਕਰਾਂ, ਹਰੇਕ ਆਪਣੇ ਖੇਤ ਦੇ ਵਿੱਚ ਇਹ ਜ਼ਰੂਰ ਮਰਵਾ ਲਿਓ ਯਾਰ ਵੀ ਲੇਜ਼ਰ। ਆ ਦੇਖੋ ਫੋਨ ਆ ਗਿਆ, ਜ਼ਰੂਰੀ ਆ ਵੀ ਅੱਜ ਕੱਲ੍ਹ ਦੇ ਟਾਈਮ 'ਚ ਇਹ ਜ਼ਰੂਰੀ ਆ ਹੁਣ ਵੀ, ਇਸ ਨਾਲ ਪਾਣੀ ਦੇ ਇੱਕ ਤਾਂ ਲੇਵਲ ਜ਼ਰੂਰ ਲੇਵਲ ਰਹਿੰਦਾ। ਉਹ ਹੁਣ ਦੇਖੋ ਇਹ ਸਾਈਡ ਤੋਂ ਖੇਤ ਦੇਖੋ, ਕੁਛ ਲੇਵਲ ਜਿਹਾ ਹੁੰਦਾ ਜਾਂਦਾ ਖੇਤ ਦਾ। ਅਤੇ ਹੁਣ ਡਰਾਈਵਰ ਬਦਲੀ ਹੋਣ ਲੱਗੇ ਆ, ਅੱਛਾ ਪਾਣੀ ਪੀਣ ਲੱਗਿਆ। ਸੁੱਖੇ ਨੇ ਟਰੈਕਟਰ ਚਲਾਉਣਾ ਤਾਂ ਜਿਹੜਾ ਉੱਪਰ ਭਾਅ ਜੀ ਚਲਾਉਂਦੇ ਨੇ ਘਰ ਨੂੰ ਜਾਣਾ, ਕਹਿੰਦਾ ਵੀ ਸਵੇਰ ਦਾ ਲੱਗਿਆ ਹੋਇਆ ਜੀ ਲੇਜ਼ਰ ਕਰਾ ਮਾਰਨੇ ਭਾਈ। ਹਾਂ, ਰਹੀ ਰੇਟ ਦੀ ਗੱਲ, ਹਾਂ ਸੁੱਖੇ ਭਾਈ, ਜਿਹੜੀ ਰੇਟ ਦੀ ਗੱਲ ਆ ਉਹ ਆਪਾਂ ਦੱਸ ਨਹੀਂ ਸਕਦੇ, ਕਿਉਂ ਆਪਣਾ ਸਾਡਾ ਭਰਾ ਵਾਲਾ ਪਿਆਰ ਹੈ ਉਹ ਮੈਨੂੰ ਪਤਾ, ਮੈਂ ਹੁਣ ਕਿੰਨੇ ਕੁ ਦੇਣੇ ਸੁੱਖੇ ਭਾਈ ਨੂੰ, ਤੇਲੇ ਪਾ ਦੂੰਗਾ। ਅਤੇ ਮੈਨੂੰ ਆਪਣੇ ਆਪਣੇ ਵਾਲੀ ਸਾਈਡ ਦੱਸੋ ਵੀ ਤੁਹਾਡੇ ਵਾਲੀ ਸਾਈਡ ਲੇਜ਼ਰ ਕਰਾ ਜੋ ਬੰਦੇ ਮਾਰਦੇ ਉਹਦਾ ਕਿਆ ਰੇਟ ਚੱਲਦਾ। ਠੀਕ ਹੈ, ਅਸੀਂ ਇੱਧਰ ਤਾਂ ਨਹੀਂ ਦੱਸਣਾ, ਤੁਸੀਂ ਆਪਣੇ ਵਾਲੀ ਸਾਈਡ ਦੱਸਿਓ, ਜੋ ਹੋਊਗਾ ਫਿਰ ਅਸੀਂ ਸੁੱਖੇ ਨਾਲ ਕਰਾਂਗੇ ਰੇਟ ਬਾਅਦ 'ਚ। ਉਹ ਫਿਰ ਮੈਂ ਡਿਸਕਾਊਂਟ ਨਹੀਂ ਯਾਰ, ਤੇਰੀ ਮਿਹਨਤ ਆ ਯਾਰ, ਮੈਂ ਨਹੀਂ ਕਰਾ, ਜੋ ਆਪਾਂ ਬੰਦੇ ਮੰਗਦੇ ਆਪਾਂ ਦੇ। ਸਾਨੂੰ ਆਏ ਤਾਂ ਹੁਣ ਤੈਨੂੰ ਵੀਰੇ ਫੋਨ ਕਰਦੇ, ਤੁਹਾਨੂੰ ਹਫ਼ਤਾ ਹੋ ਗਿਆ ਤਾਂ ਸਾਨੂੰ ਆਏ ਤਾਂ ਬਈ ਯਾਰ ਅਗਲਾ ਕਹਿੰਦਾ ਵੀ ਪਤਾ ਨਹੀਂ ਕਾਹਤੇ ਨਹੀਂ ਆਉਂਦੇ ਹੈਗੇ, ਹੁਣ ਪਰ ਹੁਣ ਜ਼ੋਰ ਬਹੁਤ ਪਿਆ ਵਾ, ਮੀਂਹ ਪੈਣ ਕਰਕੇ ਕਣਕਾਂ ਲੇਟ ਵੱਢ ਹੋਈਆਂ ਨਾ, ਤਾਂ ਕਰਕੇ ਹੁਣ ਇਕੱਠਾ ਹੀ ਕੰਮ ਦਾ ਜ਼ੋਰ ਪੈ ਗਿਆ। ਐਂ ਵੀ ਆ ਨਾ, ਜੇ ਬਰਸਾਤਾਂ ਪੈ ਜਾਵੇ ਕੰਮ ਖੜ ਜਾਂਦਾ ਇਹਨਾਂ ਦਾ, ਜਦੋਂ ਜਿੱਦਣ ਮੀਂਹ ਪੈ ਗਿਆ ਉਦੋਂ ਉਦਣ ਕੰਮ ਖੜ ਜਾਣਾ, ਉਹ ਤੋਂ ਬਾਅਦ ਜਦੋਂ ਖੇਤ ਸੁੱਕੂਗੇ ਫਿਰ ਇੱਕ ਵਾਰ ਖੇਤ ਵਿੱਚ ਹਲ ਚਲਾਉਣੇ ਪੈਣੇ ਆ, ਫਿਰ ਫਿਰ ਜਾ ਕੇ ਦੁਬਾਰੇ ਲੇ ਬਣਾਉਣਾ। ਤੁਸੀਂ ਤਾਂ ਹਰ ਰੋਜ਼ ਹੁਣ ਅਰਦਾਸਾਂ ਕਰਦੇ ਹੋਣੇ, ਰੱਬਾ ਮੀਂਹ ਨਾ ਪਾਈ, ਰੱਬਾ ਮੀਂਹ ਨਾ ਪਾਈ ਯਾਰ, ਐਂ ਤਾਂ ਸਾਡਾ ਗੰਨਾ ਵੀ ਸੁੱਕਦਾ ਏ ਨਾ, ਪਰ ਤੁਹਾਡਾ ਇੱਧਰ ਵੀ ਤਾਂ ਕੰਮ ਖੜਨਾ। ਬਸ ਹੁਣ ਸਾਰੇ ਬਾਰੇ ਰੱਬ ਦੀ ਮਰਜ਼ੀ ਹੈ, ਚੱਕਣਾ ਚੱਲੀ ਗਈ। ਚਲੋ, ਉਹਨੂੰ ਰੱਬ ਨੂੰ, ਉਸ ਰੱਬ ਨੂੰ ਸਭ ਦੀ ਫਿਕਰ ਹੈ, ਮੇਰੀ ਨਹੀਂ। ਪਰ ਇਹ ਜ਼ਰੂਰੀ ਆ ਵੀ ਜਦੋਂ ਜੀਰੀ ਟਾਈਮ ਦਾ ਬਾਹਲਾ ਜ਼ਰੂਰੀ ਹੈ, ਹਾਲੇ ਜ਼ਿਆਦਾ ਪਾਣੀ ਲੱਗਣਾ, ਹਾਂ ਜੀਰੀ ਜ਼ਿਆਦਾ ਪਾਣੀ ਲੱਗਣਾ ਹੁੰਦਾ ਅਤੇ ਪਾਣੀ ਦੀ ਬਹੁਤ ਸੇਵਿੰਗ ਹੁੰਦੀ ਇਹਦੇ ਨਾਲ, ਅੱਧੋ ਵੱਧ ਜ਼ਿਆਦਾ ਸੇਵਿੰਗ ਫਰਕ ਪੈਂਦਾ। ਕਈ ਵਾਰ ਔੜ ਲੱਗ ਜਾਂਦੀ, ਬਰਸਾਤਾਂ ਨਹੀਂ ਪੈਂਦੀਆਂ, ਜਿਨ੍ਹਾਂ ਦੇ ਕਈਆਂ ਦੇ ਮੋਟਰਾਂ ਪਰ ਇੰਜਣ ਹੈ, ਠੀਕ ਹੈ, ਉਹਨਾਂ ਵਾਸਤੇ ਜ਼ਰੂਰੀ ਆ ਬਾਈ, ਜਿਨ੍ਹਾਂ ਦੇ ਮੋਟਰਾਂ ਪਰ ਇੰਜਣ ਹੈ ਨਾ ਉਹਨਾਂ ਵਾਸਤੇ ਤੇਲ ਨਹੀਂ ਪੂਰਾ ਕਿ ਪਤਲਾ ਪਤਲਾ ਪਾਣੀ ਫੇਰ ਲਵੇ ਬੰਦਾ, ਪਤਲਾ ਪਾਣੀ ਜੇ ਬਰਸਾਤਾਂ ਨਾ ਪਈਆਂ, ਜਿਨ੍ਹਾਂ ਦੇ ਇੱਕ ਵਾਰੀ ਪਹਿਲਾਂ ਫਿਰਿਆ ਉਹਨਾਂ ਦੇ ਬਹੁਤ ਟਾਈਮ ਨਹੀਂ ਲੱਗਦਾ, ਬਹੁਤ ਟਾਈਮ ਲੱਗਦਾ, ਮੇਰਾ ਫੇਰਿਆ ਤਾਂ ਹੁਣ ਮੇਰੇ ਟਾਈਮ ਮੈਂ ਕਹਿੰਦਾ ਇੱਕ ਵਾਰ ਚ ਕਾਬੂ ਆ ਜਾਣ, ਮੈਨੂੰ ਲੱਗਦਾ ਇੱਕ ਵਾਰੀ ਐਨ ਫੇਰ ਕੇ ਬਸ, ਸਾਨੂੰ ਆਏ ਤਾਂ ਤੇਰਾ ਹੀ ਫਿਕਰ ਤਾਂ ਜ਼ਿਆਦਾ ਵੀ ਤੁਹਾਡੇ ਵਾਲਾ ਕੰਮ ਨਿਕਲ ਜਾਵੇ, ਆਹ ਮੇਰਾ ਕਿਆ ਕਹਿੰਦਾ, ਮੇਰਾ ਫਿਰ ਨਹੀਂ ਹਨੇਰਾ ਹੋ ਜਾਣਾ ਤਾਂ ਯਾਰ ਫਿਰ ਕਿਆ ਕਰੀ, ਹੁਣ ਮੈਂ ਵੀ ਹੁਣ ਆਇਆ ਤਾਂ ਘਰ ਤੇ, ਹੁਣ ਇਹਨੇ ਜਾਣਾ, ਹੁਣ ਇਹ ਵੀ ਸਵੇਰ ਦਾ ਲੱਗਿਆ ਹੋਇਆ, ਫਿਰ ਬੰਦਾ ਨਾ ਕਾਂਡ ਕਹਿੰਦਾ ਮਿੱਟੀ ਬਹੁਤ ਉੜ ਕੇ ਪੈਂਦੀ ਆ, ਅੱਧਾ ਕਿਲੋ ਤਾਂ ਮਿੱਟੀ ਖਾ ਜਾਂਦਾ ਸਾਰੀ ਦਿਹਾੜੀ 'ਚ ਵਿਚਾਰਾ, ਤੈਨੂੰ ਦੇਸੀ ਉਹ ਕਿਰਾਏ ਕਰੋ ਕੜਾ, ਮੇਰੇ ਫਿਰ ਵੀ ਮਿੱਟੀ ਚੱਲਣੀ ਆਉਣ ਯਾਰ, ਕਿਉਂ ਸੱਕਰ ਕਿਆ ਕਹਿੰਦਾ ਬਾਈ, ਹੁਣ ਜਿਹੜੇ ਕੰਮ 'ਚ ਬੰਦਾ ਪੈਦਾ ਉਹਨਾਂ ਪੂਰਾ ਇਨਸਾਫ਼ ਕਰੇ ਯਾਰ, ਮੈਂ ਤਾਂ ਇਹ ਕਹਿੰਦਾ ਹਾਂ ਹਰੇਕ ਬੰਦੇ ਨੂੰ ਬਾਈ, ਜੇ ਤੁਸੀਂ ਹੁਣ ਲੇਜ਼ਰ ਕਰਾ ਮਾਰਦਾ ਬਾਈ ਪੂਰਾ ਇਨਸਾਫ਼ ਕਰੀ, ਜੇ ਹੁਣ ਮੈਂ ਵੀਡੀਓ ਬਣਾਉਂਦਾ ਤਾਂ ਮੈਂ ਪੂਰਾ ਇਨਸਾਫ਼ ਕਰੂੰਗਾ, ਵੀਡੀਓ ਆਪਣਾ ਪੂਰਾ ਜ਼ੋਰ ਲਾਊਂਗਾ, ਵੀਡੀਓ ਵਧੀਆ ਬਣੇ। ਮੈਂ ਤਾਂ ਬਾਈ ਆਪਣੀ ਭੈਣ ਨੂੰ ਕਹਿਣਾ ਚਾਹੁੰਦਾ, ਉਹੀ ਖਾਸ ਬੰਦਾ ਹੈ ਮੇਰਾ, ਖਾਸ ਕਈ ਦਿਨਾਂ ਦਾ ਉਹ ਬੌਸ ਮੈਸੇਜ ਆਉਂਦੇ ਉਹਦੇ, ਹਾਂ ਹਾਂ ਹਾਂ, ਉਹੀ ਦੇਖ ਲਵੇ ਬਸ, ਨਾਲੇ ਉਹਨੂੰ ਪਤਾ ਲੱਗ ਜਾਊ ਬਾਈ ਬਿਜ਼ੀ ਰਹਿੰਦੇ ਹੁਣ ਸਾਰਾ ਦਿਨ, ਵੀ ਤਾਂ ਕਰਕੇ ਕੋਈ ਮੈਸੇਜ ਨਹੀਂ ਕਰ ਹੁੰਦਾ, ਕੋਈ ਉਹਦੇ ਘਰਦਿਆਂ ਨਾਲ ਗੱਲ ਨਹੀਂ ਕਰਾ ਹੁੰਦੀ, ਜਿੱਦਣ ਉਹਦੇ ਮਾੜਾ ਵਿਹਲ ਮਿਲੂਗਾ ਜ਼ਰੂਰ ਫੋਨ ਕਰੂੰਗੇ, ਉਹਨੂੰ ਇਹ ਕਹਿਣਾ ਮੈਂ ਵੀ ਦੇਖ ਲਾ ਬਾਈ ਵੀਡੀਓ, ਹੁਣ ਫੋਨ ਕਰ ਦੇਣਾ ਉਹਨੂੰ, ਮੈਂ ਹੁਣ ਤੁਹਾਡੀ ਵੀਡੀਓ ਬਣਾ ਦੇ ਬਾਅਦ। ਠੀਕ ਹੈ ਭੈਣ, ਮੈਨੂੰ ਪਤਾ ਵੀ ਇਸ ਟਾਈਮ ਸੁੱਖਾ ਬਹੁਤ ਬਿਜ਼ੀ, ਮੈਨੂੰ ਵੀ ਇੱਕ ਹਫ਼ਤੇ ਬਾਅਦ ਟਾਈਮ ਮਿਲਿਆ, ਅਤੇ ਪੰਜ ਮੈਚ ਪੰਜ ਮੈਂ ਛੇਵੇਂ ਦਿਨ ਬਾਅਦ ਮੇਰੇ ਆ ਕੇ ਮਾਰ ਖੇਡ ਵਿੱਚ ਲੇਜ਼ਰ ਕਰਾ ਮਾਰਨ ਲੱਗਿਆ, ਹੁਣ ਕਿਆ ਕਰੀਏ ਸਾਰੇ ਹੁਣ।
ਇਸ ਸਾਈਡ ਪੌਦ ਖੜ੍ਹੀ ਆ ਬਹੁ ਹੋਰ 15 ਦਿਨ ਤੱਕ ਇੱਧਰ ਪਾਣੀ ਛੱਡ ਕੇ ਆਪਾਂ ਨੇ ਲਾ ਦੇਣੀ ਜੀ ਫਿਰ ਖੇਤ ਵਿੱਚ ਇਹ ਛੋਟੀ ਛੋਟੀ ਹਾਲੇ ਤਾਂ ਦੋ ਦੋ ਉਂਗਲ ਦੀ ਹੋਈ ਆ ਬਹੁ ਹੋਰ 10-15 ਦਿਨ ਤੱਕ ਐਨ ਇਹਨੇ ਲਗਾਉਣ ਯੋਗਾ ਹੋ ਜਾਣਾ ਉਹ ਦੇਖੋ ਸਾਹਮਣੇ ਕਿੱਦਾਂ ਮਿੱਟੀ ਦੇ ਵਿੱਚ ਨੂੰ ਟਰੈਕਟਰ ਲੰਘ ਕੇ ਆਉਂਦਾ ਇੱਧਰ ਸਰਬਜੀਤ ਸਿੰਘ ਵੀ ਆ ਗਏ ਨੇ ਇੱਧਰ ਖੇਤ ਦਾ ਚੌਥਾ ਰਾਊਂਡ ਸ਼ੁਰੂ ਹੋ ਗਿਆ ਸਰਬਜੀਤ ਸਿੰਘ ਹੈ ਸਰਬਜੀਤ ਸਿੰਘ ਦਾ ਮੁੰਡਾ ਪਰਮਵੀਰ ਇਹ ਸਾਲੀ ਸਿਲੈਂਡਰੀਆਂ ਗਲਵੈਂਡਰੀਆਂ ਅਤੇ ਹੁਣ ਆਹ ਲਾਸਟ ਕਿਹੜਾ ਹੋ ਗਿਆ ਮੈਂ ਇਹਦੇ ਬਾਅਦ ਨਿਬੜ ਜੂਗਾ ਚਾਰ ਵਾਰ ਕਹਿੰਦਾ ਚਾਰ ਵਾਰ ਹੋ ਜਾਂਦਾ ਨਾ ਚਾਰ ਵਾਰ ਹੋ ਗਿਆ ਲੇਵਲ ਤਾਂ ਵੈਸੇ ਹੋ ਗਿਆ ਹੁਣ ਮਾੜਾ ਮੋਟਾ ਜਿੱਥੇ ਮਿੱਟੀ ਮੁੱਟੀ ਉਹ ਚੱਕ ਕੇ ਕਰ ਰਿਹਾ ਆਹ ਖੁੰਝੇ ਇੱਧਰ ਨੀਵਾਂ ਸੀ ਇੱਧਰ ਮਿੱਟੀ ਲਾਈ ਉਹਨੇ ਕਿਉਂਕਿ ਜਦੋਂ ਆਹ ਪਾਣੀ ਇੱਧਰ ਛੱਡਦੇ ਨਾ ਮਿੱਟੀ ਹੜਾ ਲਿਆ ਜਾਂਦਾ ਉਹਨੂੰ ਸਾਰੀ ਉਹ ਸਾਹਮਣੇ ਕਾਲਾ ਆ ਰਿਹਾ ਉਦੋਂ ਡਰਾਈਵਰ ਬਦਲੀ ਹੋ ਗਿਆ ਕਾਲਾ ਬੈਠ ਗਿਆ ਹੁਣ ਕਾਲਾ ਡਰਾਈਵਰ ਹੀ ਕਰੂਗਾ ਇੱਧਰ ਨੇ ਬੋਲਟ ਖੜਾ ਦਿੱਤਾ ਉਹ ਕਾਲਾ ਲਾ ਗਿਆ ਹੋਰ ਜੀ ਕਾਲਾ ਭਾਜੀ ਕਿਆ ਹਾਲ ਹੈ ਜੀ ਸਾਰਿਆਂ ਨੂੰ ਆਪਣਾ ਕਾਲਾ ਭਾਜੀ ਕਿਉਂ ਜ਼ਰੂਰੀ ਆ ਵੀ ਖੇਤ ਵਿੱਚ ਇਹ ਲੇਜ਼ਰ ਗ੍ਰਾਮ ਮਰਾਉਣਾ ਵਧੀਆ ਵੀਰੇ ਜਿਵੇਂ ਪਾਣੀ ਦੇ ਨਾ ਟਾਈਮ ਬਚਤ ਹੁੰਦੀ ਹੈ ਬਹੁਤ ਟਾਈਮ ਪਾਣੀ ਦੀ ਬਚਤ ਮੈਂ ਪਹਿਲਾਂ ਦੱਸ ਚੁੱਕਿਆ ਇਹ ਹਰੇਕ ਕਿਸਾਨ ਭਰਾ ਨੂੰ ਕਿ ਆਪਣੇ ਖੇਤ ਦੇ ਵਿੱਚ ਲੇਜ਼ਰ ਗ੍ਰਾਮ ਮਰਾਉਣਾ ਚਾਹੀਦਾ ਆਪਣੀ ਫਸਲ ਦਾ ਵੀ ਫਰਕ ਆ ਇੱਧਰ ਮੈਂ ਪਹਿਲਾਂ ਦਿਖਾ ਲਿਆ ਕਾਲੇ ਨੇ ਸਾਰਾ ਖੇਤ ਵਿੱਚ ਲੇਜ਼ਰ ਗ੍ਰਾਮ ਮਰਾ ਕੇ ਅਤੇ ਉੱਪਰ ਦੇਸੀ ਰੇਹ ਪਾ ਦਿੱਤਾ ਸਾਗਾ ਮਾਰਦਿਆਂ ਪਾਣੀ ਛੱਡਣਾ ਪਾਣੀ ਛੱਡ ਦੇ ਤੇਰਾ ਜਿਹੜਾ ਦੇਸੀ ਰੇਹ ਇਹਦਾ ਅਸਰ ਖਤਮ ਹੋ ਜਾਣਾ ਪਾਣੀ ਛੱਡ ਦੇ ਇਹਨੂੰ ਨਾ ਸਰ ਥੋੜ੍ਹਾ ਖਤਮ ਹੋਣਾ ਯਾਰ ਅਸਰ ਜਦੋਂ ਨਾ ਸੁੱਕ ਜਾਣਾ ਫਿਰ ਗੋਬਰ ਦਾ ਹੋਈ ਜਾਣਾ ਕਹਿੰਦਾ ਗੋਹੇ ਦਾ ਗੋਹਾ ਰਹਿਣਾ ਸਾਰਾ ਜੋ ਵਿੱਚ ਉਹ ਆ ਭਾ ਇਹਦਾ ਉੱਪਰ ਉੱਡ ਜਾਂਦਾ ਇਹ ਅੰਦਰਾ ਸੁੱਕਾ ਰੇ ਪਾਉਂਦਾ ਹੁੰਦਾ ਤਾਂ ਐਂ ਵੀ ਹੁਣ ਬਾਹਣਾ ਵਿੱਚ ਚਲੇ ਜਾਣ ਹਾਂ ਚਲੋ ਉੱਧਰ ਮੇਰਾ ਵੀ 1.5 ਘੰਟਾ ਲੱਗ ਗਿਆ ਪੂਰਾ ਮੇਰੇ ਲੱਗੇ 6.5 ਘੰਟੇ ਇਹਨਾਂ ਨੂੰ ਸਾਰਾ 6 ਕਿੱਲਿਆਂ 'ਚ ਹਾਂ 6 ਕਿੱਲਿਆਂ 6 ਘੰਟੇ ਲੱਗ ਗਏ ਪਹਿਲੀ ਵਾਰ ਮਰਾਇਆ ਪਿਛਲੇ ਸਾਲ ਵੀ ਤਾਂ ਮਰਵਾਇਆ ਤਾ ਨਾ 2 ਸਾਲ ਹੋ ਗਏ ਪਹਿਲਾਂ 2 ਸਾਲ ਹੋ ਗਏ ਕਿ ਮੈਂ 1 ਸਾਲ ਛੱਡ ਕੇ ਮਰਵਾਉਂਦਾ ਹੁੰਦਾ ਹੁਣ ਠੀਕ ਹੈ ਮੈਂ ਵੀ ਤਾਂ 1 ਸਾਲ ਪਿਛਲੇ ਛੱਡਤਾ ਤਾਂ 1 ਸਾਲ ਛੱਡ ਕੇ ਲੇਜ਼ਰ ਗ੍ਰਾਮ ਮਰਵਾਉਂਦਾ ਹੁੰਦਾ ਖੇਤ ਦੇ ਵਿੱਚ ਮੈਂ ਨਾ ਹੱਥ ਚੱਲ ਇਹਦੇ ਕਰਕੇ ਮਰਵਾਤਾ ਚਲੋ ਹੁਣ ਸੁੱਖੇ ਬਾਈ ਨੂੰ ਵਿਦਾ ਕਰੀਏ ਮੜਾ ਜਿਹਾ ਉੱਧਰ ਆ ਜਾ ਕਾਲਾ ਜੀ ਵੀ ਪਹੁੰਚ ਗਏ ਹੈ ਕਾਲਾ ਜੀ ਪਹੁੰਚ ਗਏ ਨੇ ਅਸੀਂ ਇਹਦੇ ਵੀ ਫੈਨ ਹਾਂ ਬਾਈ ਕਾਲੇ ਦੇ ਫੈਨ ਹਾਂ ਮੇਰਾ ਜੱਫੀ ਪਾ ਕੇ ਮਿਲੋ ਕਣਕ ਵੱਢ ਕੇ ਹੈ ਫੋਨ ਕਰੀ ਮਿਲੇ ਜੀ ਪੈਸੇ ਆ ਮਾਇਆ ਲੈ ਜੀ ਫਿਰ ਫੋਨ ਕਰਕੇ ਲੈ ਜੀ ਸ਼ਾਮ ਨੂੰ ਲੈ ਜੀ ਕੱਲ ਨੂੰ ਲੈ ਜੀ ਕੋਈ ਚੱਕਰ ਨਹੀਂ ਬੰਦਾ ਘੈਂਟ ਆ ਬਾਈ ਹੁਣ ਬੰਦਾ ਕੋ ਆ ਗਿਆ ਬੰਦੇ ਨੂੰ ਵੀ ਬੰਦੇ ਨਾਲ ਗੱਲਬਾਤ ਕਰਨ ਦਾ ਵੀ ਢੰਗ ਆ ਗਿਆ ਵੀ ਕਿੱਦਾਂ ਬੰਦੇ ਪਤੇ ਆਉਣੇ ਆ ਯਾਰ ਮੇਰਾ ਕੁੱਤਾ ਖੜਾ ਉੱਥੇ ਮੈਂ ਖੁੱਲ ਗਿਆ ਕੁੱਤਾ ਲਿਆ ਦੇ ਨਾਲ ਉੱਥੇ ਫੋਨਿਆ ਹੋਇਆ ਯਾਰ ਮੇਰਾ ਚੱਲ ਬਾ ਦਿਖਾਤਾ ਵਾ ਹੋਰ ਵਾਰ ਵਾਰ ਤੈਨੂੰ ਦਿਖਾਈ ਜਾਵਾਂ ਇਹਦੀ ਭੈਣ ਨੇ ਦੇਖਣੀ ਕਨੇਡਾ ਗਈ ਹੋਈ ਆ ਯਾਰ ਚੱਲ ਠੀਕ ਕਾਲੇ ਮੈਂ ਕੁੱਤੇ ਨੂੰ ਫੋਲੋ ਕਰਨ ਜਾਣਾ ਫਿਰ ਜੇ ਮਾਰਿਆ ਗੜਾ ਨਹੀਂ ਤੇਰੇ ਨਾਲ ਜਾਣਾ ਹੁਣ ਮੈਨੂੰ ਥੋੜ੍ਹਾ ਕੰਮ ਆ ਮੈਂ ਡਾਕਟਰ ਕੋਲ ਜਾ ਕੇ ਹੁਣ ਮੜਾ ਜਾ ਹੈ ਉਹ ਭੁੱਖ ਲੱਗ ਗਈ ਉਹ ਚੱਲੀਏ ਘਰ ਨੂੰ ਫਿਰ ਹੈ ਚੱਲੀਏ ਘਰ ਨੂੰ
ਆ ਤੇਰੀ ਸੰਗਲੀ ਖੋਲਦਾ ਉੱਪਰ ਤੇ ਆ ਖੋਲਦਾ ਫਿਰ ਤੂੰ ਭੱਜ ਕੇ ਜਾ ਇੱਦੇ ਆ ਤੇ ਲੈ ਭੱਜ ਲਾ ਹੁਣ ਪਤਾ ਉਹਨੂੰ ਕਰਦਾ ਕਿੱਥੇ ਆ ਚੱਲ 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 ਘਰ ਨੂੰ ਚੱਲ ਅੰਦਰ ਵੜ ਚੱਲ ਅੰਦਰ ਇੱਧਰ ਇੱਧਰ ਅੰਦਰ 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 ਇੱਦਾਂ ਚੱਲ ਅੰਦਰ ਨੂੰ ਆਏ